ਦੇਖੋ ਜੀ। ਹਾਂਜੀ ਬਾਈ ਜੀ, ਕਿੱਦਾਂ ਹਾਲ ਚਾਲ ਆ? ਠੀਕ ਹੋ? ਲਓ ਬਾਈ ਜੀ, ਇੱਕ ਤਾਂ ਲੇਟ ਦੀ ਮਾਜ਼ਰ, ਸੋਰੀ, ਅਤੇ ਮੈਂ ਥੋੜ੍ਹਾ ਮਸਰੂਫ ਸੀਗਾ, ਇਸ ਵਜ੍ਹਾ ਤੋਂ ਮੈਂ ਵੀਡੀਓ ਨਹੀਂ ਤੁਹਾਨੂੰ ਸੈਂਡ ਕਰ ਸਕਿਆ। ਅੱਜ ਮੇਰੇ ਕੋਲ ਟਾਈਮ ਮਿਲਿਆ ਵਾ ਜਨਾਬ। ਇਹ ਪੱਠੀ ਆ, ਠੀਕ ਹੈ ਜੀ, ਇਹ ਸੈਂਟਰ ਵਾਲੀ ਮਾਦੀ ਆ, ਇਹ ਕਬੂਤਰ ਆ ਅਤੇ ਇਹ ਮਾਦੀ ਆ, ਯਾਨੀ ਕਿ ਇੱਕ ਜੋੜਾ ਲੱਗਾ ਹੋਇਆ ਵਾ, ਇਹ ਮਾਦੀ ਆ, ਇਹ ਨਾਰਾ ਅਤੇ ਇਹ ਇਹਨਾਂ ਦੀ ਪੱਠੀ ਆ, ਠੀਕ ਹੈ ਜੀ। ਆਹ ਪੱਠੀ, ਇਹ ਇਹਦਾ ਪਿਓ ਆ, ਇਹ ਇਹਦੀ ਮਾਂ ਵਾ, ਠੀਕ ਹੈ। ਇਹ ਜੋੜਾ ਲੱਗਾ ਅਤੇ ਇਹ ਮਾਦੀ ਫਾਲਤੂ ਆ ਜੀ, ਠੀਕ ਹੈ ਜੀ। ਇਹ ਮਾਦੀ ਫਾਲਤੂ ਆ ਅਤੇ ਇਹ ਮਾਦੀ ਅਤੇ ਇਹ ਨਾਰਾ ਜੋੜਾ ਲੱਗਾ ਵਾ, ਅੱਗੋਂ ਇਹ ਇਹਨਾਂ ਦੀ ਪੱਠੀ ਹੈ, ਠੀਕ ਹੈ। ਤਾਂ ਕਿ ਮੈਂ ਤੁਹਾਨੂੰ ਅੱਖ ਭਰ ਦਾ ਵੀ ਸ਼ੌਕ ਕਰਵਾ ਦਿੰਦਾ। ਮੈਲੇ ਝਾਲੇ ਹੋਏ ਆ, ਨਹਾਈ ਦੇ ਕੇ ਇਨਸ਼ਾਅੱਲਾ ਕਬੂਤਰ ਸਾਫ਼ ਨੇ, ਕਲਰ ਨਹੀਂ ਵਾਧਿਆ ਹੋ ਰਿਹਾ ਇਹਦਾ, ਕਿਉਂਕਿ ਮੈਲੇ ਬਹੁਤ ਹੋਏ ਆ ਕਬੂਤਰ। ਮੈਂ ਤੁਹਾਨੂੰ ਅੱਖ ਭਰ ਦਾ ਵੀ ਇਹਦਾ ਸ਼ੌਕ ਕਰਵਾਉਂਦਾ। ਲਓ ਭਾਈ ਜੀ, ਇਹ ਨਾਰਾ ਸ਼ੌਕ ਕਰ ਲਓ, ਬਿਲਕੁਲ ਬੰਦ ਜੋੜ ਆ, ਠੀਕ ਆ। ਹਲਕੇ ਜੇ ਬੇਮਲੂਮੀ ਜੇ ਵਾਲ ਬਰਾਬਰ ਖੁੱਲ੍ਹੇ ਆ, ਬਿਲਕੁਲ ਬੰਦ ਦਾ ਜੋੜ, ਲੰਬੀ ਹੱਡੀ ਆ, ਔਰ ਇਹ ਅੱਖਾਂ ਮਾਸ਼ਾਅੱਲਾ ਦੀ ਅੱਖ ਚੈੱਕ ਕਰੋ, ਠੀਕ ਹੈ ਜੀ। ਇਹ ਕਬੂਤਰ ਮਾਸ਼ਾਅੱਲਾ ਬਹੁਤ ਅੱਛਾ ਉੱਡਿਆ ਵਾ, ਜੇਠ ਦੇ ਦੂਸਰੇ ਜੁਮੇ ਇਹ ਕਬੂਤਰ ਉੱਡਿਆ ਸੀ, 6:15 ਵਜੇ ਕਬੂਤਰ ਇਹ ਬੈਠਾ ਜੀ ਬਾਜ਼ੀ ਦੇ ਵਿੱਚ, ਦੇਖ ਲਓ ਮਾਸ਼ਾਅੱਲਾ ਪਾਰ। ਸਿਰਫ ਮੈਲੇ ਝਾਲੇ ਹੋਏ ਆ, ਕਦੀ ਨਹਾਈ ਦਿੱਤੀ ਹੋਵੇ, ਸਾਫ਼ ਸੁਥਰੇ ਕਬੂਤਰ ਹੋਣ ਅਤੇ ਫਿਰ ਹੋਰ ਚੀਜ਼ ਹੁੰਦੀ ਹੈ। ਬਾਕੀ ਪਰ ਦੇਖ ਲਓ, ਪਰ ਬਿਲਕੁਲ ਸ਼ਾਨਦਾਰ ਪਰ ਆ, ਬੰਦ ਜੋੜ ਆ, ਲੰਬੀ ਹੱਡੀ ਆ, ਖੁਸ਼ਕ ਪੰਜੇ ਆ। ਲਓ ਭਾਜੀ, ਇਹ ਮਾਦੀ ਲੱਗੀ ਆ ਇਹਦੇ ਨਾਲ, ਠੀਕ ਹੈ ਜੀ। ਮਾਦੀ ਦੀ ਵੀ ਅੱਖ ਦਾ ਸ਼ੌਕ ਕਰੋ, ਐੜੀ ਹਲਕੀ ਫੁਲਕੀ ਲਾਲੀ ਆ ਨਾ ਇਹਦੀ ਅੱਖਾਂ ਦੇ ਵਿੱਚ। ਇਹ ਭਾਅ ਜੀ ਗੱਲ ਪਤਾ ਕੀ ਆ, ਧੁੱਪ ਦੇ ਵਿੱਚ ਕਬੂਤਰ ਰਹਿੰਦੇ ਆ, ਤੁਸੀਂ ਵੀ ਸਮਝਦੇ ਆ, ਸੀਜ਼ ਨੂੰ ਟੈੜੀਆਂ ਇਹਨਾਂ ਦਾ ਹਿਸਾਬ ਹੁੰਦਾ ਵਾ, ਠੀਕ ਆ। ਧੁੱਪ ਦੇ ਵਿੱਚ ਇਹ ਰਹਿੰਦੇ ਆ, ਧੁੱਪ ਦੀ ਵਜ੍ਹਾ ਦੇ ਨਾਲ ਇਹਨਾਂ ਦੀ ਲਾਲੀ ਨਾ ਅੱਖਾਂ ਦੇ ਵਿੱਚ ਆਈ ਆ। ਅਗਰ ਇਹੀ ਕਬੂਤਰ ਬਰੀਡਿੰਗ ਦੇ ਅੰਦਰ ਯੂਜ਼ ਹੋਣ, ਬਾਕੀ ਪਰ ਚੈੱਕ ਕਰੋ ਜੀ, ਦੇਖੋ ਮਾਸ਼ਾਅੱਲਾ ਕੈਸਾ ਸ਼ਾਨਦਾਰ ਪਾਰ ਆ। ਇਹ ਕਬੂਤਰ ਬਰੀਡਿੰਗ ਦੇ ਅੰਦਰ ਯੂਜ਼ ਹੋਣ, ਛਾਂ ਥੱਲੇ ਰਹਿਣ ਅਤੇ ਬਿਲਕੁਲ ਅੱਖ ਸਾਫ਼ ਹੋ ਜਾਣੀ ਇਹਨਾਂ ਦੀ। ਲਓ ਭਾਜੀ, ਇਹ ਮਾਦੀ ਦਾ ਪਰ ਆ, ਮਾਦੀ ਲੈਸ ਹੋ ਰਹੀ ਹੈ, ਠੀਕ ਹੈ। ਇਹ ਮਾਦੀ ਦੇ ਪੰਜੇ ਨੇ ਜਨਾਬ, ਠੀਕ ਹੈ ਜੀ। ਇਹਦੇ ਵੀ ਬਿਲਕੁਲ ਹੱਡੀ ਬੰਦ ਆ ਜੀ, ਠੀਕ ਹੈ। ਇਹ ਲਓ ਜੀ, ਸ਼ੋਅ ਕਰੋ। ਲਓ ਭਾਜੀ, ਐਨ ਦੀ ਪੱਠੀ ਆ ਇਸੇ ਜੋੜੇ ਦੀ, ਠੀਕ ਹੈ ਜੀ। ਇਹਦੀ ਐਕਸ ਚੈੱਕ ਕਰ ਦਿਓ, ਬਰੀਡਿੰਗ ਦੇ ਅੰਦਰ ਬਹੁਤ ਅੱਛਾ ਮਾਸ਼ਾਅੱਲਾ ਰਿਜ਼ਲਟ ਦੇਣਗੇ ਇਨਸ਼ਾਅੱਲਾ। ਲਓ ਭਾਜੀ, ਇਹ ਹੈਗੀ 1, 2, 3, 4, 5 ਪਾਰ ਦੀ ਹੋ ਚੁੱਕੀ ਹੈ, ਠੀਕ ਹੈ ਜੀ। ਪਰ ਚੈੱਕ ਕਰ ਲਓ, 5 ਪਾਰ ਦੀ ਹੋ ਚੁੱਕੀ ਆ, ਬਿਲਕੁਲ ਬੰਦ ਟੇਲ। ਲਓ ਭਾਜੀ, ਦੂਜੀ ਸਾਈਡ ਦਾ ਪੱਲਾ, ਇਹ ਪੰਜੇ ਭਾਜੀ ਹਨ ਇਹਦੇ ਪੱਠੀ ਦੇ। ਇਹ ਭਾਅ ਜੀ ਮਾਦੀ ਆ ਜੀ, ਇਹ ਜਿਹੜੀ ਫਰੀ ਆ ਵਿੱਚ, ਠੀਕ ਹੈ। ਇਹਦੀ ਅੱਖ ਹੁਣ ਦੇਖੋ ਮਾਸ਼ਾਅੱਲਾ, ਚੈੱਕ ਕਰਿਓ ਇਹਦੀ ਅੱਖ ਐਸੀ ਸ਼ਾਨਦਾਰ, ਰਿੰਗ ਚੈੱਕ ਕਰੋ। ਇਹ ਮਾਦੀ ਬਰੀਡਿੰਗ ਦੇ ਵਿੱਚ ਯੂਜ਼ ਹੋ ਚੁੱਕੀ ਆ, ਟੈਡੀ ਕਬੂਤਰ ਨਾਲ ਲੱਗੀ ਸੀ, ਬਰੀਡਿੰਗ ਦੇ ਵਿੱਚ ਯੂਜ਼ ਹੋਈ ਆ ਜੀ ਇਹ ਮਾਦੀ, ਅਤੇ ਬੜਾ ਸ਼ਾਨਦਾਰ ਇਹਨੇ ਰਿਜ਼ਲਟ ਦਿੱਤਾ, ਦੇਖੋ ਮਾਸ਼ਾਅੱਲਾ ਪਾ। ਭਾਈ ਯਕੀਨ ਹੁੰਦਾ ਜ਼ਬਾਨ ਦਾ, ਬਾਕੀ ਲੈਣਾ ਦੇਣਾ ਨਸੀਬ ਦੀ ਗੱਲ ਆ। ਇਨਸ਼ਾਅੱਲਾ ਕਬੂਤਰ ਬਹੁਤ ਅੱਛੇ ਆ ਅਤੇ ਰਿਜ਼ਲਟ ਵੀ ਅੱਛਾ ਦੇਣਗੇ। ਅੱਗੇ ਭਾਅ ਜੀ ਆਪਣੀ ਕਿਸਮਤ ਹੁੰਦੀ ਬੰਦੇ ਦੀ, ਠੀਕ ਆ। ਕੋਸ਼ਿਸ਼ ਅੱਛੀ ਹੋਵੇ ਤਾਂ ਅੱਗੇ ਮੰਜ਼ਿਲ ਵੀ ਆਸਾਨ ਹੋ ਜਾਂਦੀ ਹੈ। ਬਾਕੀ ਸ਼ੌਕ ਕਰੋ, ਪਰ ਦੇਖ ਲਓ ਮਾਸ਼ਾਅੱਲਾ ਕੈਸਾ ਵਾ। ਇਹ ਮਾਦੀ ਨਾ ਭਾਈ ਨਰਕ ਹੋਈ ਨੀਗਾ, ਮਾਦੀ ਫਰੀ ਆ ਇਹ, ਅਤੇ ਕਿਉਂਕਿ ਤੁਸੀਂ ਮਾਦੀਆਂ ਦਾ ਵੀ ਕਿਹਾ ਸੀ ਮੈਨੂੰ, 2 ਪੱਟੀਆਂ, 2 ਮਾਦੀਆਂ ਸਮਝ ਲਓ ਹੁਣ, ਅਤੇ 1 ਜੋੜਾ। ਹੈਲੋ ਭਾਈ, ਇਹ ਮਾਦੀ ਬਰੀਡਿੰਗ ਦੇ ਵਿੱਚ ਯੂਜ਼ ਹੋਈ ਆ ਮੇਰੇ ਸਾਹਮਣੇ, ਟੈਡੀ ਕਬੂਤਰ ਦੇ ਨਾਲ। ਇਹਦੇ ਅੱਖ ਦੇ ਮਾਸ਼ਾਅੱਲਾ ਰਿੰਗ ਚੈੱਕ ਕਰ। ਲਓ ਭਾਅ ਜੀ, ਇੱਕ ਦਫ਼ਾ ਫਿਰ ਸ਼ੌਕ ਕਰ ਲਓ, ਤੁਰਦੇ ਫਿਰਦੇ ਨਾਲ ਹੈਲਦੀ ਐਕਟਿਵ ਆ ਸਾਰੇ ਮਾਸ਼ਾਅੱਲਾ। ਸਿਰਫ ਮੈਲੇ ਝਾਲੇ ਹੋਏ ਆ, 1-2 ਨਹਾਈਆਂ ਦੇਵਾਂਗੇ, ਬਿਲਕੁਲ ਸਾਫ਼ ਹੋਏ ਨੇ ਕਬੂਤਰ, ਠੀਕ ਆ। ਲੇਕਿਨ ਕਬੂਤਰ ਬਹੁਤ ਅੱਛੇ ਆ ਮਾਸ਼ਾਅੱਲਾ, ਹੱਡੀ ਜੋੜ ਪਰ ਕੁੰਦਾ, ਠੀਕ ਆ, ਹਰ ਤਰਫੋਂ ਮਾਸ਼ਾਅੱਲਾ ਪੂਰੇ ਆ। ਬਾਕੀ ਜਦੋਂ ਬਰੀਡਿੰਗ ਦੇ ਅੰਦਰ ਯੂਜ਼ ਹੋਣੇ ਆ, ਲਾਲੀਆਂ ਲੁੜੀਆਂ ਨਹੀਂ ਮੁੱਕ ਜਾਣੀਆਂ ਅੱਖ ਦੀਆਂ, ਠੀਕ ਹੈ। ਸ਼ੌਕ ਕਰ ਲਓ, ਸ਼ੌਕ ਕਰਕੇ ਫਿਰ ਜਿੱਦਾਂ ਹੀ ਸਮਾਂ ਚਾਹ ਫਿਰ ਭਾਈ ਨਿਕਾਲ ਕੇ। ਇੱਕ ਜੋੜਾ ਵਾ, ਇੱਕ ਪੱਠੀ ਆ, ਇੱਕ ਵੱਡੀ ਬਰੀਡਿੰਗ ਮਾਰ ਬਰੀਡਰ ਮਾਰਦੀ ਆ।